ਫਾਜ਼ਿਲਕਾ ਦੇ ਪਿੰਡ ਬਨਵਾਲਾ ਹਨਵੰਤਾ ਦੇ ਵਿੱਚ ਹਨੇਰ ਚੱਕੜ ਦੇ ਨਾਲ ਇੱਕ ਮਕਾਨ ਦੀ ਛੱਤ ਉੱਡੀ ਹੋਇਆ ਨੁਕਸਾਨ। ਪਰਿਵਾਰ ਵਾਲਿਆਂ ਨੇ ਕੀਤੀ ਮੁਆਵਜ਼ਾ ਦੇਣ ਦੀ ਮੰਗ। ਫਾਜ਼ਿਲਕਾ ਦੇ ਪਿੰਡ ਬਨਵਾਲਾ ਹਨਵੰਤਾ ਦੇ ਵਿੱਚ ਟਾਣੀ ਤੇ ਰਹਿਣ ਵਾਲੇ ਇੱਕ ਪਰਿਵਾਰ ਦੀ ਆਂਧੀ ਤੂਫਾਨ ਦੇ ਨਾਲ ਘਰ ਦੀ ਛੱਤ ਉੱਡ ਗਈ, ਜਿਸ ਤੋਂ ਬਾਅਦ ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਪਰਿਵਾਰ ਦਾ ਕਹਿਣਾ ਕਿ ਉਹ ਇੱਕੋ ਕਮਰੇ ਦੇ ਵਿੱਚ ਆਪਣਾ ਗੁਜ਼ਰ ਬਸਰ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ, ਲੇਕਿਨ ਹੁਣ ਬਰਸਾਤ ਅਤੇ ਆਂਧੀ ਤੂਫਾਨ ਤੋਂ ਬਾਅਦ ਉਹਨਾਂ ਦੇ ਘਰ ਦੀ ਛੱਤ ਵੀ ਉੱਡ ਗਈ ਹੈ ਅਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਮਕਾਨ ਨੂੰ ਜਦ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਝ ਲੋਕ ਉਹਨਾਂ 'ਤੇ ਇੱਟਾਂ ਵਗੈਰਾ ਚੱਕ ਕੇ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਬਿਨਾਂ ਵਜ੍ਹਾ ਪੁਲਿਸ ਕਾਰਵਾਈਆਂ ਦੇ ਵਿੱਚ ਉਲਝਾ ਕੇ ਉਹਨਾਂ ਦਾ ਮਕਾਨ ਨਹੀਂ ਬਣਨ ਦੇ ਰਹੇ, ਜਿਸ ਦੇ ਚੱਲਦਿਆਂ ਉਹਨਾਂ ਨੇ ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਤੇ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਹਸਤਕਸ਼ੇਪ ਕਰਕੇ ਉਹਨਾਂ ਦਾ ਮਕਾਨ ਬਣਵਾ ਕੇ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਆਸ਼ਾ ਰਾਣੀ। ਇਹ ਕੀ ਹਾਦਸਾ ਹੋਇਆ ਅਤੇ ਕਿਹੜਾ ਪਿੰਡ ਹੈ ਤੁਹਾਡਾ ਜੀ? ਇਹ ਸਰ ਪਿੰਡ ਸਾਡਾ ਬਨਵਾਲਾ ਹਨਵੰਤਾ, ਅਤੇ ਅਸੀਂ ਰਾਤ ਹਨੇਰ ਆਇਆ ਸੀ। ਸਾਡਾ ਜਿਹੜਾ ਕਮਰਾ ਹੈਗਾ ਸੀ ਉੱਤੇ ਛੱਤ ਟੀਨ ਦੀ ਪਾਈ ਹੋਈ ਸੀ, ਸਮਾਨ ਵਗੈਰਾ ਵੀ ਜੋੜਾ ਹੋਇਆ ਸੀ, ਇੱਟ ਵੀ ਜੋੜੀ ਹੋਈ ਸੀ, ਅਤੇ ਰਾਤ ਨੂੰ ਹਨੇਰ ਆਉਣ ਕਰਕੇ ਸਾਡਾ ਇਹ ਸਾਰਾ ਕੁਛ ਉੱਡ ਗਿਆ ਹੈ। ਅਤੇ ਸਾਡੇ ਕੋਲ ਸਰ ਇੱਕ ਹੀ ਕਮਰਾ ਹੈ, ਜਿਹਦੇ ਨਾਲ ਵਿੱਚ ਅਸੀਂ ਬੜੀ ਮੁਸ਼ਕਲ ਮੈਂ ਅਤੇ ਮੇਰਾ ਪਰਿਵਾਰ ਗੁਜ਼ਾਰਾ ਕਰ ਰਹੇ ਹਾਂ। ਅਤੇ ਸਾਡਾ ਹੁਣ ਇਸ ਟਾਈਮ ਵੀ ਜਦੋਂ ਛੱਤ ਉੱਡੀ ਸੀ ਨਾ, ਅਸੀਂ ਰਾਤ ਬੜੇ ਔਖੇ ਸੀ, ਰਾਤ ਐਵੇਂ ਰਹੇ ਹਾਂ, ਬਾਹਰ ਹੀ ਬਾਰਿਸ਼ ਪੈਂਦੀ ਰਹੀ ਹੈ, ਕਿ ਅਸੀਂ ਸਵੇਰੇ ਉੱਠ ਕੇ ਫਿਰ ਸਾਰਾ ਸਮਾਨ ਇਕੱਠਾ ਅਜੇ ਵੀ ਕਰ ਰਹੇ ਹਾਂ, ਅਤੇ ਅਜੇ ਵੀ ਸਾਨੂੰ ਵੀ ਜਗ੍ਹਾ ਰਹਿਣ ਨੂੰ ਬੜੀ ਮੁਸ਼ਕਲ ਹੈ, ਇੱਕੋ ਕਮਰਾ ਸਾਡੇ ਕੋਲ। ਅਸੀਂ ਸਰ ਜੀ, ਸਾਡੇ ਕੋਲ ਇੱਕੋ ਮਕਾਨ ਹੈ ਕੱਚਾ ਜਿਹੜਾ ਸਾਡੇ ਕੋਲ ਬਣਿਆ ਹੋਇਆ, ਅਸੀਂ ਉਹਦੇ 'ਚ ਰਹਿ ਰਹੇ ਹਾਂ। ਅਤੇ ਸਾਡਾ ਆਪਸ ਵਿੱਚ ਮੇਰੇ ਦਿਓਰ ਨਾਲ ਸਾਡਾ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ, ਜਿਹਦੇ ਵਿੱਚ ਕਿ ਸਾਨੂੰ ਜ਼ਮੀਨ ਆਉਂਦੀ ਸੀ ਅੱਧੇ ਹਿੱਸੇ ਦੀ, ਅਤੇ ਜਿਹਦੇ ਨਾਲ ਕਿ ਮੇਰਾ ਦਿਓਰ ਸਾਡੇ ਨਾਲ ਧੱਕਾ ਕਰਕੇ ਜ਼ਮੀਨ ਵਾਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਆ ਕਿ ਉਹਦੇ 'ਤੇ ਜੋ ਕਾਰਵਾਈ ਵੀ ਕੀਤੀ ਸੀ ਪੁਲਿਸ ਨੇ, ਪਰਚਾ ਵੀ ਕਰ ਲਿਆ ਗਿਆ ਹੈ ਦਰਜ, ਅਤੇ ਹੁਣ ਜਿਹੜਾ ਸਾਡਾ ਹੱਕ ਸਾਨੂੰ ਦਵਾਇਆ ਜਾਵੇ ਅਤੇ ਅਸੀਂ ਆਪਦਾ ਜੀਵਨ ਬਤੀਤ ਕਰ ਸਕੀਏ, ਅਤੇ ਅਸੀਂ ਆਪਦਾ ਵੀ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਵੇ ਅਤੇ ਸਾਡਾ ਹੱਕ ਸਾਨੂੰ ਦਿਲਵਾਇਆ ਜਾਵੇ। ਮੈਂ ਇਹ ਬੇਨਤੀ ਕਰਨੀ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਸਾਡਾ ਹੱਕ ਸਾਨੂੰ ਦਿਵਾਇਆ ਜਾਵੇ। ਤੁਹਾਡਾ ਕੀ ਨਾਮ ਹੈ? ਸਾਇਨ ਸਿੰਘ। ਤੁਹਾਡਾ ਕੀ ਕਹਿਣਾ ਹੈ? ਸਾਡਾ ਕਹਿਣਾ ਇਹ ਹੈ ਕਿ ਮੇਰੇ ਚਾਚਾ ਜੀ ਵੱਲੋਂ ਜੇ ਕਿ ਅਸੀਂ ਇੱਟਾਂ ਸਟਾਈਆਂ ਸੀ ਉਹ ਚੁਕਾ ਦਿੱਤੀਆਂ ਗਈਆਂ ਸੀ, ਅਤੇ ਉਹ ਧੱਕਾ ਕਰਦੇ ਨੇ, ਜਦੋਂ ਵੀ ਅਸੀਂ ਇੱਟਾਂ ਲੈ ਕੇ ਆਈਏ ਤਾਂ ਉਹ ਗੁੰਡੇ ਮੰਗਵਾ ਕੇ ਸਾਡੇ ਨਾਲ ਲੜਾਈ ਕਰਦੇ ਨੇ। ਅਸੀਂ ਪੁਲਿਸ ਅਤੇ ਥਾਣੇ 'ਤੇ ਦਰਖਾਸਤ ਵੀ ਲਾਈ ਸੀ ਅਤੇ ਉਹਨਾਂ ਦੇ ਪਰਚਾ ਕੀਤਾ ਸੀ, ਉਸ 'ਤੇ ਕਾਰਵਾਈ ਕੀਤੀ ਜਾਵੇ। ਪਰਚਾ ਤਾਂ ਹੋ ਗਿਆ ਅਤੇ ਉਸ ਤੋਂ ਬਾਅਦ ਹੁਣ ਜਲਦ ਕਾਰਵਾਈ ਕੀਤੀ ਜਾਵੇ, ਸਾਡਾ ਹੱਕ ਸਾਨੂੰ ਦਵਾਇਆ ਜਾਵੇ। ਹਾਂਜੀ, ਕੀ ਨਾਮ ਹੈ ਤੁਹਾਡਾ? ਹਰਦੀਪ ਸਿੰਘ। ਤੁਹਾਡਾ ਕੀ ਕਹਿਣਾ ਹੈ? ਸਾਡਾ ਜੀ ਜ਼ਮੀਨ ਦਾ ਰੋੜਾ ਹੈਗਾ ਹੈ, ਜ਼ਮੀਨ ਸਾਡੇ ਕੋਲ ਵੀ ਥੋੜ੍ਹੀ ਦੇਰ ਚਾਰ ਕਿੱਲੇ ਹੈਗੀ ਹੈ, ਥੋੜ੍ਹੀ ਚਾਰ ਕਿਲਾ ਦਿੱਤੀ ਹੋਈ ਹੈ ਸਾਨੂੰ, ਅੱਧੀ ਆਉਂਦੀ ਹੈ ਜ਼ਮੀਨ 2 ਕਿੱਲੇ, ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕਿ ਅਸੀਂ ਇਹ ਸਾਡਾ ਗੁਜ਼ਾਰਾ ਹੋ ਜਾਵੇ 2 ਕਿੱਲੇ 'ਤੇ।